गुड मॉर्निंग जी। नवे देश की यात्रा वास्ते अज आपां खिचदियां ने तैयारियां ते बैठे हुए हां मन्नत च नाल अपने भाजी ने निर्मल भाजी बटरुखां तों जिहड़े कि अपनी यात्रा दा आनंद दवा रहे ने। गल्लां हो रहियां ने, परसों हजे फ्लाइट बुक कीती है। दो चीज़ां घर भुल आए, मेन एक क्रैडिट कार्ड ते एक जिहड़ा बिजनेस क्लास का एक्सेस लॉन्ज हुंदा है जिते च 1 रुपये से अपन खाना मिल जाता, उत्थे 1 रुपये अपनी भाजी पे करना पैंदा। वह भी भाजी ने मैनू बाहरों दिता से, वह भी घर भुल आया। कोई कलौल हूँ बैठे हाँ मन्नन से टिकाइए खाना है, तो हूँ परौंठे की करते हैं वेट। मन्नत वाले दी हवेली जो पहली बार आ, बड़ी सोहनी बना रखी है, खाली थालियां तो आ गई ने। ਅਸੀਂ ਬਾਹਰ ਜਾ ਕੇ ਨਵੀਂ ਨਵੀਂ ਚੀਜ਼ਾਂ ਦੇਖਦੇ ਹਾਂ, ਹੁਣ ਤਾਂ ਇੰਡੀਆ 'ਚ ਵੀ ਘੱਟ ਨਹੀਂ ਹੈਗੀ। ਦੇਖੋ ਵਾਟਰ ਵੇਵ ਮਿਊਜ਼ਿਕ ਵੇਖਣ ਰਕਾਨਾ ਦੇ ਲੋਕ ਚੱਕ ਚੱਕ ਜੱਟੀਆਂ। ਏਅਰਪੋਰਟ ਦੇ ਅੰਦਰ ਐਂਟਰ ਹੋ ਗਏ ਹਾਂ, ਹਾਥੀ ਸਾਡੇ ਸਾਹਮਣੇ ਆ। ਆਪਾਂ ਜਾਣਾ ਈ ਤੇ ਜੀ ਕਾਊਂਟਰ ਤੇ। लंदन का बोर्डिंग पास मिल गया, अपन हूँ जा रहे हैं अपन इमीग्रेशन वाले बाथरूम जाइए। फिर इमीग्रेशन होगी, सिक्योरिटी चैक इन हो गया, बोर्डिंग पास मिल गया। फ्लाइट दे टाइम 6 बजे, हजे 2-2.5 घंटे उन्ना टाइम मार दे मक्खी शुरू हो गया। ड्यूटी फ्री दिल्ली इंडिया ही है, दिल्ली है, बस वो जगह इन्हें बना के रखनी है ना जिते इंटरनेशनल ट्रैवल विजिट करते हैं। बाकी बाहर गंद पैंदा पई है, बट असी वो चीज़ नू साफ सुथरा रखना जिते विखावा। असी नहीं कल्ले विखावा करते, सरकारां साडे तो ज़्यादा विखावा कर दियां ने। जिवें दी कोको उवें दे बच्चे, 1 तो 26 अपना 11 नंबर। गेट 1 तो 26 इस लाइन च ने, आप जाना 11 वाल। जे कोई पहली बार यात्रा करता ना, उन्होंने पता करना हो गेट किदा कि फ्लाइट पर चढ़ना, इदा देख लिया करो। इदा तीर के निशान बने होंगे ने बोर्डिंग पास जो लिखते होंगे ने कि नंबर गेट है। जे बाई चांस बोर्डिंग पास से ना भी लिखन ना, तो स्क्रीन के अगे आ जा करो, सिक्योरिटी चैक इन करवा के स्क्रीन के अगे पता लग जाता। उत्थे फिर लिखा आ जाता इस नंबर गेट पर आ फ्लाइट आ नंबर इस देश से जा रही। तो फिर इदा गेटा के नाम लिखे होंगे ने, तीर का निशान बनया हों। फिर तुम उस पास जाई जाना, तो सू जहाज खड़ा मिल जूगा, उस बह के अपनी मंजिल पर पहुँच जो। आप लेनी है पानी की बोतल तो मशीन तो थले खड़ी 10 रुपए की पानी की बोतल। कैश नहीं लिया, गूगल पे किया, ਤਾਂ ਜਾ ਕੇ ਆਪਾਂ ਨੂੰ ਆਹ ਪਾਣੀ ਦੀ ਬੋਤਲ ਨਸੀਬ ਹੋਈ ਹੈ, ਪਿਓਰ ਕ੍ਰਿਸਪ ਵਾਟਰ ਦੋਨੀ। ਇੱਧਰ ਆ ਗਿਆ ਟਰਮੀਨਲ 2, ਉੱਥੋਂ ਫਿਰ ਟਰਮੀਨਲ 2 ਤੋਂ ਆਹ ਸਾਹਮਣੇ ਆ ਗਿਆ ਟਰਮੀਨਲ 2, ਇਕੱਠੇ ਨਹੀਂ ਜਾਣੀ ਕਿ ਅਤੇ ਆ ਗਿਆ ਟਰਮੀਨਲ 1, ਉਹ ਵੀਰ ਨਿਰਮਲ ਮੈਨੂੰ ਛੱਡ ਕੇ ਗਿਆ ਜਿੱਥੇ ਗੇਟ ਬਣੇ ਨੇ। ਉੱਥੋਂ ਘੁੰਮਦੇ 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 ਇੱਧਰੋਂ ਅੰਦਰ ਆਏ ਹਾਂ, ਹੁਣ ਆਪਾਂ ਆਪਣੀ ਗੇਟ ਵੱਲ ਜਾ ਰਹੇ ਹਾਂ 11 ਨੰਬਰ 'ਤੇ। ਏਅਰਲਾਈਨਾਂ ਦਾ 4 ਘੰਟੇ ਪਹਿਲਾਂ ਜਿਹੜੀ ਵੀ ਤੁਹਾਡੀ ਫਲਾਈਟ ਉੱਡਣ ਦਾ ਟਾਈਮ ਹੈ ਨਾ, ਉਸ ਤੋਂ 4 ਘੰਟੇ ਪਹਿਲਾਂ ਗੇਟ ਓਪਨ ਨਹੀਂ ਸੋਰੀ ਚੈੱਕ ਇਨ ਸ਼ੁਰੂ ਹੋ ਜਾਂਦਾ। ਤਾਂ ਘੱਟੋ ਘੱਟ ਵੀ
ਘੱਟੋ ਘੱਟ 3 ਘੰਟੇ ਪਹਿਲਾਂ ਆਪਣੀ ਫਲਾਈਟ ਤੋਂ 에ਅਰਪੋਰਟ ਦੇ ਅੰਦਰ ਦਾਖਲ ਹੋ ਜਾਇਆ ਕਰੋ ਕਿਉਂਕਿ 에ਅਰਪੋਰਟ ਬਹੁਤ ਵੱਡੇ ਨੇ ਇਸ ਕਰਕੇ ਆਪਣੇ ਗੇਟ ਤੱਕ ਜਾਂਦਿਆਂ ਵੀ ਬਹੁਤ ਟਾਈਮ ਲੱਗ ਜਾਂਦਾ ਹਾਂ ਮੈਨੂੰ 15-20 ਮਿੰਟ ਹੋ ਗਏ ਨੇ ਲਗਾਤਾਰ ਮੈਂ ਤੁਰੀ ਰਿਹਾ ਹਾਂ ਅਜੇ ਤੱਕ ਮੇਰਾ 11 ਨੰਬਰ ਗੇਟ ਨਹੀਂ ਆਇਆ ਸੋ ਇਸ ਕਰਕੇ ਹਮੇਸ਼ਾ ਬੀ ਔਨ ਟਾਈਮ ਘੱਟੋ ਘੱਟ 3 ਘੰਟੇ ਪਹਿਲਾਂ ਐਂਟਰ ਕਰ ਜਾਓ ਤਾਂ ਮੈਂ ਵਾਈਟ ਬੋਟ ਨਾਲ ਅੱਜ ਪਹਿਲੀ ਵਾਰੀ ਪਾਏ ਨੇ ਸਪੇਨ ਤੋਂ ਲੈ ਕੇ ਆਇਆ ਸੀ ਅਤੇ ਇਹ ਨਾ ਸੋਚੋ ਮੈਂ ਬੂਟ ਦਿਖਾ ਰਿਹਾ ਮੈਂ ਇਹ ਦਿਖਾ ਰਿਹਾ ਕਿ ਜਿੱਦਣ ਮੈਂ ਵਾਪਸ ਆਵਾਂਗਾ ਨਾ ਉਸ ਦਿਨ ਵੀ ਇਹ ਬੂਟ ਇੱਧਰ ਚਿੱਟੇ ਹੀ ਹੋਣਗੇ ਇੱਥੇ ਇੱਕ ਦਿਨ ਵਾਲੋ ਕਾਲੇ ਹੋ ਜਾਂਦੇ ਨੇ ਇਹ ਦੱਸਣਾ ਸੀ ਨਾ ਕਿ ਬੂਟ ਦਿਖਾਉਣੇ ਸੀ ਕੋਸਤਾ ਕੌਫੀ ਮੂਡ ਨਹੀਂ ਹੈਗਾ ਸਰਦਾਰ ਸਾਹਿਬ ਰਿਲੈਕਸ ਹੋ ਰਹੇ ਨੇ ਇਸ ਵਾਰ ਇੰਨੀ ਗੰਦੀ ਸੀਟ ਮਿਲੀ ਹੈ ਨਾ ਫਰੰਟ 'ਤੇ ਬਹਿ ਕੇ ਬਹੁਤ ਟਾਈਟ ਹੈ ਏਅਰ ਇੰਡੀਆ ਜਿੰਦਾਬਾਦ ਅੱਗ ਮੱਗ ਆਪਣੇ ਗੋਡੇ ਦੇ ਨਾਲ ਰੁਕ ਰੱਖੀ ਤੁਹਾਡੇ ਸਾਹਮਣੇ ਬਿਜ਼ਨਸ ਕਲਾਸ ਇੰਡੀਆ 'ਚ ਵੱਜ ਗਏ 12 ਇੱਥੇ ਵੱਜ ਕੇ 7:30 ਪਹੁੰਚ ਗਏ ਆਪਾਂ ਲੰਡਨ ਸਵਾਗਤ ਨਹੀਂ ਕਰੋਗੇ ਹਮਾਰਾ ਚਲੀਏ ਹੁਣ ਆਪਾਂ ਕਰਾਈਏ ਇਮੀਗ੍ਰੇਸ਼ਨ ਕਿੰਨੇ ਕਿੰਨੇ ਵੱਡੇ 에ਅਰਪੋਰਟ ਨੇ ਠੰਡ ਬਹੁਤ ਅੰਦਰ ਹੀ ਲੱਗ ਰਹੀ ਹੈ ਅੰਦਰ ਤਾਂ ਹਜੇ ਹੀਟਰ ਨਹੀਂ ਮਿਲਦਾ ਬਾਹਰ ਜਾ ਕੇ ਬਹੁਤ ਠੰਡ ਹੋਈ ਕਮਾਲ ਦੀ ਗੱਲ ਪਤਾ ਕੀ 7:30 ਵੱਜਣ ਵਾਲੇ ਨੇ ਪੂਰਾ ਦਿਨ ਚੜਿਆ ਹੋਇਆ ਕੋਈ ਲਾਈਟਾਂ ਨਹੀਂ ਲੱਗੀਆਂ ਬਾਹਰਲੇ ਪਾਸੇ ਜਾਣੀ ਕਿ ਕਿਉਂਕਿ ਜਦੋਂ ਫਲਾਈਟ ਲੈਂਡ ਹੋਈ ਹੈ ਨਾ ਉਦੋਂ ਦੇਖਿਆ ਸੀ ਅੰਦਰ ਤਾਂ ਦਿਨੇ ਵੀ ਲਾਈਟਾਂ ਜਗਦੀਆਂ ਨੇ ਐਗਜ਼ਿਟ ਵਿੱਚ ਸਰ ਗ੍ਰੀਨ ਗ੍ਰੀਨ ਥੈਂਕ ਯੂ ਥੈਂਕ ਯੂ ਚੱਕ 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 ਲਓ ਜੀ ਚੱਕ ਲੰਡਨ ਪਹੁੰਚ ਗਿਆ ਹੁਣ ਕੋਈ ਚਿੱਠੀਆਂ ਵੈਰ ਨੇ ਪਾਉਂਦੀ ਹੈ ਨਾ ਪਹੁੰਚ ਗਏ ਆਪਾਂ ਲੰਡਨ ਹੀਥਰੋ ਏਅਰਪੋਰਟ 'ਤੇ ਆਪਾਂ ਜਾਣਾ ਡਿਪਾਰਚਰ ਸਾਈਡ ਲੈਫਟ ਟੂ ਡਿਪਾਰਚਰ ਸਮੋਕਿੰਗ ਏਰੀਆ ਇੰਨੀ ਠੰਡ ਹੈ ਨਹੀਂ ਅੱਜ ਗੋਡਾ ਅੱਗੇ ਜਾ ਕੇ ਖੜਦਾ ਪਤਾ ਨਹੀਂ ਕਿੱਥੇ ਆਉਣਗੇ ਇੱਥੇ ਨਾ ਇਸ ਟਾਈਮ ਰਾਤ ਦੇ 8:30 ਹੋ ਚੁੱਕੇ ਨੇ ਤਾਂ ਦਿਨ ਦੇਖ ਲਓ ਕਿਵੇਂ ਚੜਿਆ ਹੋਇਆ ਇਹ ਤਾਂ ਸੂਰਜ ਬਹੁਤ ਲੇਟ ਡੁੱਬਦਾ ਮੈਨੂੰ ਲੱਗਦਾ 9:10 ਵਜੇ ਡੁੱਬਦਾ ਹੋਊਗਾ ਮੈਕਟੀ ਲੰਡਨ ਦਾ ਓਲਡ ਬਿਲਡਿੰਗ ਹੈ ਰਵੀ ਭਾਅ ਜੀ ਪਹਿਲਾਂ ਤਾਂ ਵੈਲਕਮ ਤੁਹਾਡਾ ਚੈਨਲ 'ਤੇ ਠੀਕ ਹੈ ਧੰਨਵਾਦ ਵੈਲਕਮ ਤੁਹਾਡਾ ਇੰਗਲੈਂਡ ਦੇ ਵਿੱਚ